ਇੱਥੇ ਰਸੂਲਪੁਰ ਸੈਦਾ ਬੂਥ ਨੰਬਰ 135 ਦੇ ਉੱਤੇ ਮਤਲਬ ਉਹਦੇ ਬਾਹਰ ਕੋਈ ਅੰਦਰ ਨਹੀਂ ਕੋਈ ਮਤਲਬ ਬੂਥ ਨੂੰ ਉਸ ਉਹ ਜੀ ਕੋਈ ਪ੍ਰੋਬਲਮ ਨਹੀਂ ਬਾਹਰ ਸੜਕ ਦੇ ਉੱਤੇ ਉਸ ਬੂਥ ਤੋਂ 50 ਗਜ ਸਾਈਡ ਦੇ ਉੱਤੇ ਇਹਨਾਂ ਦਾ ਆਪਸ ਦੀ ਝਗੜਾ ਹੋਇਆ ਡਾਕਟਰ ਰਜਿੰਦਰ ਡਾਕਟਰ ਗਾਂਧੀ ਉੱਥੇ ਆਪਣੇ ਏਰੀਏ ਦੇ ਵਿੱਚ ਗੇੜਾ ਲਾ ਰਹੇ ਸੀਗੇ ਉਹਨਾਂ ਦੇ ਨਾਲ ਦੂਜੇ ਰਜਿੰਦਰ ਵਿਰਕ ਹੈ ਐਮ ਸੀ 12 ਨੰਬਰ ਵਾਰਡ ਦਾ ਉਹਨਾਂ ਦਾ ਆਪਸ ਦੀ ਬਹਿਸ ਵਿਸਾਈਆ ਹੋਇਆ ਉਸ ਤੋਂ ਬਾਅਦ ਝਗੜਾ ਹੋਇਆ ਜਿਹਦੇ 'ਚ ਡਾਕਟਰ ਗਾਂਧੀ ਦੇ ਸੱਟ ਵੀ ਲੱਗੀ ਆ ਉਹਦੇ ਅਸੀਂ ਡਾਕਟਰ ਗਾਂਧੀ ਦੇ ਜਿਹੜੇ ਗਨਮੈਨ ਨੇ ਗੁਰਲੀਰ ਉਹਨਾਂ ਦੇ ਬਿਆਨ ਦੇ ਉੱਤੇ ਇੱਕ ਕੇਸ ਰਜਿਸਟਰ ਕੀਤਾ 353 186 323 341 148 149 ਆਈ ਪੀ ਸੀ ਜਨਰਲ ਵਿਰਕ ਦੇ ਖਿਲਾਫ਼ ਉਸ ਨੂੰ ਐਕਿਊਜ਼ ਨੂੰ ਅਸੀਂ ਅਰੈਸਟ ਕਰ ਲਿਆ ਗਿਆ ਉਹ ਇਹਨਾਂ ਦੀ ਇੱਕੋ ਡਿਮਾਂਡ ਸੀ ਵੀ ਉਸ ਉਹਨਾਂ ਬੰਦਿਆਂ ਦੇ ਖਿਲਾਫ਼ ਕੇਸ ਰਜਿਸਟਰ ਕੀਤਾ ਜਾਵੇ ਅਤੇ ਉਸ ਬੰਦੇ ਨੂੰ ਅਰੈਸਟ ਕੀਤਾ ਜਾਵੇ ਕੇਸ ਰਜਿਸਟਰ ਵੀ ਹੋ ਗਿਆ ਤਾਂ ਬੰਦੇ ਦੀ ਅਰੈਸਟ ਵੀ ਹੋ ਚੁੱਕੀ ਹੈ।